ਅੰਦਰ ਪੈ ਗਈ ਹੁਣ ਭਾਈ ਇੱਕ ਦਿਨ ਤੱਕ, ਹੋਰ ਕੀ ਕਿੰਨੇ ਦਿਨ ਕੰਮ ਕਰਨਾ ਕੋਈ ਬਿੰਦਰਾ ਦੋ ਚਾਰ ਵਾਰੀ ਖੜਕਾ ਇਹਨੂੰ, ਫਿਰ ਹੋਰ ਕੀ ਕਰਾਂ ਮੈਂ ਹੁਣ। ਫੋਨ ਹੀ ਹੈ ਵੀ ਪਾਲ ਦਾ ਫੋਨ ਡਿੱਗੀ ਜਾਂਦੀ ਸੀ। ਕੀ ਕਰਨਾ ਸੀ? ਬਸ ਕੱਪੜੇ ਲਾ ਕੇ ਛੁੱਟ ਗਈ ਤੇਰੀ ਭਾਬੀ ਮੇਰੇ ਕੋਲ, ਤਾਂ ਕਰਨ। ਹਾਂ ਠੀਕ ਨੇ ਉਹ, ਠੀਕ ਨੂੰ ਭਾਬੀ ਚੰਗੀ ਕਹਿੰਦੀ ਆ, ਭਾਬੀ ਠੀਕ ਠਾਕ, ਚੰਗਾ ਖਾਂਦੀ ਹੈ, ਚੰਗਾ ਪੀਂਦੀ ਹੈ, ਚੰਗਾ ਪਹਿਨਦੀ ਹੈ, ਬੰਦਾ ਬੋਲਦੀ ਹੈ। ਠੀਕ ਤਾਂ ਮੈਨੂੰ ਕਾਹਤੋਂ ਕਰਦੀ ਹੈਗੀ। ਹਾਂ ਹੋਰ ਤੂੰ ਆ ਗਈ, ਗੇੜਾ ਮਾਰਦੀ ਬੀਪਲ। ਹੋ ਗਏ 20-25 ਦਿਨ, ਤੈਨੂੰ ਮਹੀਨੇ ਦਾ ਗੇੜ ਹੋਣ ਵਾਲਾ ਹੋਊਗਾ। ਹਾਂ ਮਿਲ ਗਈ ਆ ਕੇ, ਚੰਗਾ। ਹਾਂ ਨਾ ਤਾਂ ਦੁੱਖ ਸੁੱਖ ਕਰਨਾ ਜੀ ਮਾਮਾ ਜੀ। ਠੀਕ ਹੈ, ਚਿੱਟੇ ਕੱਪੜੇ ਲਾ ਕੇ ਇਹ ਵੀ ਤੈਅ ਕਰਦੀ ਹੱਥੋਂ ਨਿਕਲ, ਇਹ ਤੀ ਜ਼ੋਰ ਲਾ ਲਾ ਕੱਪੜਿਆਂ 'ਤੇ ਲਗਾ, ਤੂੰ ਕਰਕੇ ਤੈਅ ਰੱਖ ਦੇ ਅੰਦਰ, ਸਹੀ ਕਰਨੀ ਹੈ। ਮੇਰੇ ਕਿਹਦਾ ਫੋਨ ਸੀਗਾ? ਵੀਰਪਾਲ ਦਾ ਸੀਗਾ। ਚਲੋ ਆ ਜਾਣਗੇ, ਵਧੀਆ ਮਿਲ ਜਾਣਗੇ ਦੋ ਦਿਨ। ਹੁਣ ਤਾਂ ਤੈਨੂੰ ਗਿਆ ਸੀ ਫੋਨ ਰਾਹੀਂ, ਹੁਣ ਦੁਬਾਰੇ ਫਿਰ ਮੈਨੂੰ ਪੁੱਛਣਾ ਹੀ ਹੈ। ਤਾਂ ਮੈਂ ਤਾਂ ਖੜੀ ਸੀ ਸੁਣ ਚ ਕੰਨ ਲਾ, ਸੁਣਿਆ ਨਹੀਂ ਹੈਗਾ ਹੁਣ ਦੁਬਾਰੇ ਕੀ ਕਹਿੰਦੀ ਹੈ। ਲੱਗਣੀ ਨਹੀਂ ਗੀ, ਪਾਣੀ ਲੱਗ ਜਾਣਾ ਟਾਈਮ ਨਾਲ, ਠੀਕ ਰਹੇ ਸਬਜ਼ੀ ਹੋ ਜਾਂਦੀ ਵਧੀਆ।
ਬਾਕੀ ਸਭ ਤੋਂ ਵਧੀਆ ਹਰੇ ਹੋ ਗਏ ਬਾਣੇ ਬੁੰਨੇ ਆਏ ਚੱਲ ਵਧੀਆ ਹੋ ਗਿਆ ਦਾਲ ਮੁੱਲ ਚੋਕੀ ਹੋਰ ਹੋਰ ਜ਼ਰੂਰੀ ਹੈ ਦਾਲ ਬਿਨਾਂ ਸਰਦਾ ਨਹੀਂ ਮੇਰੀ ਦਾਲ ਤਾਂ ਘਰ ਦੀ ਵਧੀਆ ਲੱਗਦੀ ਹਾਂ ਮੁੱਲੀ ਦਾਲ ਤਾਂ ਬਣਦੀ ਨਹੀਂ ਆਪਾਂ ਦੇ ਹੁਣ ਆਪਾਂ ਗੇਤੇ ਕਰ ਦੂਜੇ ਲੈ ਕੇ ਉਹ ਕੋਈ ਦਿਨ ਬਣਦੀ ਨਹੀਂ ਉਹ ਉਹ ਰਾਜੀ ਦਾਲ ਨਾ ਕੁਝ ਕੁਝ ਦਿਨੇ ਕੁਝ ਦਿਨ ਹਾਂ ਤੇ ਘਰ ਦੀ ਨੇ ਭੁੱਲ ਜਾਂਦੀ ਭੁੱਲ ਜਾਂਦੀ ਸੁੰਦਰ ਪੈ ਗਈ ਉਹ ਭਾਈ ਸੁਖਵਿੰਦਰ ਹੋਰ ਕੀ ਕਿੰਨੇ ਦਿਨ ਕੰਮ ਕਰਨਾ ਕੋਈ ਹੋਰ ਪੈ ਜਾਂਦੇ ਉਹ ਤਾਂ 3 ਵਜੇ ਤਾਂ ਪਹਿਲਾਂ ਹੁੰਦੀ ਨਹੀਂ ਹੈਗੀ ਜੇ ਤੂੰ ਨਾ ਹੋਵੇ 3 ਵਜੇ ਦੇ ਸਾਹ ਵੀ 3 ਵਜੇ ਚਾਹ ਪਾਣੀ ਕਰੋ ਅੱਛਾ ਹਾਂ ਉਹ ਚਾਹ ਪੀਣੀ ਚਾਹ ਚੂ ਬਣਾਓ ਅੰਦਰ ਤੂੰ ਬੈਠਿਆ ਕਰ ਜਾ ਕੇ ਨਾਲ ਤੈਨੂੰ ਪਤਾ ਲੱਗ ਜਾ ਕਰੇ ਮਿੱਤਰ ਗੱਲ ਤਾਂ ਤੇਰੀ ਠੀਕ ਹੈ ਹੁਣ ਮੈਂ ਅੰਦਰ ਹੀ ਬੈਠਾ ਕਰੂੰਗੀ ਹੋਰ ਵੀ ਤੇਰੇ ਨੂੰ ਕਹਿਣਾ ਨਾ ਮੈਨੂੰ ਪਤਾ ਲੱਗ ਜੂ ਵੀ ਇਹ ਕੰਮ ਕਰਦੇ ਕਿ ਪਈ ਰਹਿੰਦੀ ਹੈ ਉਹੀ ਤਾਂ ਹੈ ਪਤਾ ਕੀ ਹੈ ਵੱਡੀ ਉਮਰ ਦੇ ਬੇਬੇ ਸਾਰਿਆਂ ਨੂੰ ਲੋਕ ਬਾਹਰ ਕੱਢਦੇ ਨੇ ਕੋਈ ਕਹਿੰਦਾ ਅੰਦਰ ਕੱਪੜੇ ਨੂੰ ਮੁਸਕ ਮਾਰਦੀ ਹੈ ਐਡੀ ਕਿੱਡੀ ਤੇਰੀ ਉਮਰ ਹੀ ਤਾਂ ਹੁਣੀ ਪਹਿਲੀ ਬਾਹਰ ਆ ਕੇ ਬਹਿ ਗਈ ਇਹ ਤਾਂ ਬਹਾਨਾ ਕਰ ਲੈ ਤੂੰ ਬਾਹਰ ਕੱਢਣ ਦਾ ਗੱਲ ਤਾਂ ਤੇਰੀ ਸੱਚੀ ਹੈ ਅੰਦਰ ਬੈਠ ਨਾ ਹੁਣ ਅੰਦਰ ਹੀ ਬੈਠਾ ਕਰੂੰ ਮੈਂ ਉਹੀ ਤਾਂ ਗੱਲ ਹੈ ਹਾਂ ਮੈਂ ਤਾਂ ਸੋਚਿਆ ਨਹੀਂ ਸੀਗਾ ਤੇ ਹਾਂ ਗੱਲ ਲੋੜ ਚਲਾਉਣ ਹਰ ਜਨ ਛੱਡ ਕੇ ਉਹਨਾਂ ਕ ਪੱਖਾ ਬਸ ਆਜ਼ਾ ਆਪਣਾ ਬਰਾਂਡੇ ਦੇ ਵਿੱਚ ਬਹਿ ਆਈ ਕਰਿਆ ਕਰੂੰ ਹੁਣ ਮੈਂ ਹੋਰ ਹਣਾ ਨਾਲੇ ਇੱਥੇ ਸੇਕ ਮਾਰਦਾ ਹੁਣ ਮਾਰਿਆ ਕਰੂੰ ਮੂਰੇ ਸੇਕ ਤਾਂ ਮਾਰੂਗੀ ਹੁਣ ਗਰਮੀ ਆਉਣ ਲੱਗੀ ਹੋਰ ਮੌਸਮ ਬਦਲ ਗਿਆ ਕਿਹਦਾ ਵੇਲਾ ਹੋ ਗਿਆ ਇੰਦਰਾ ਚਾਹ ਹੀ ਨਹੀਂ ਬਣੀ ਬਣ ਕੇ ਮੇਰੇ ਨਾ ਬੜੀ ਇਹਨੇ ਮੈਂ ਤਾਂ ਚਾਹ ਹੋ ਗਈ ਲੱਗਦੀ ਹੈ ਕੱਚੀ ਬਣੀ ਹੈ ਤੇ ਵਾਲਾ ਲੁੱਟਾ ਹੁੰਦਾ ਹਾਂ ਕਿੱਕੀ ਦੀ ਨਾਲੇ ਸਵਾਦ ਹੀ ਹਾਂ ਨਾਲੇ ਸੱਚਾ ਆਪਣੀ ਵੀਰਪਾਲ ਦਾ ਫੋਨ ਆਇਆ ਸੀ ਵਿੰਦਰਾ ਹਾਂ ਉਹ ਸਰ ਗਿਆ ਸੁਖ ਜੀ ਖੈਰ ਸੁਖ ਰਾਜ ਬਾਜੀ ਮੈਂ ਕਿਹਾ ਭਾਈ ਤੂੰ ਮਿਲ ਜਾ ਕੇ ਅੱਛਾ ਤੇ ਤੂੰ ਮੈਨੂੰ ਗੱਲ ਦੱਸਾਂ ਤੈਨੂੰ ਮੈਂ ਹਾਂ ਇੱਥੇ ਤੇ ਸੋਣ ਦੀ ਲੱਗੀ ਲੱਗੀ ਖੜੀ ਸੀ ਇਹਨੂੰ ਸਾਰਾ ਪਤਾ ਤੇ ਵੀਰਪਾਲ ਫੋਨ ਆ ਰਿਹਾਗਾ ਮਾਂ ਕੋਲੇ ਅੱਛਾ ਫੋਨ ਆਇਆ ਜਦੋਂ ਜਦੋਂ ਫੋਨ ਆਇਆ ਸੀ ਗੱਲਾਂ ਕਰਦੇ ਮਾਂ ਮਾਂ ਦੀਆਂ ਤੇ ਮੈਂ ਦੇਖੀ ਗਈ ਸੀ ਫੋਨ ਦੀ ਉਹ ਤੋਂ ਬਾਅਦ ਮੈਨੂੰ ਅੰਤਰੇ ਲੱਗੀ ਆ ਕੇ ਬੇਬੇ ਕਿਹਦਾ ਫੋਨ ਸੀ ਮਾਂ ਵੀਰਪਾਲ ਦਾ ਸੋ ਕਿਹਦਾ ਸੀ ਫੋਨ ਅੱਛਾ ਤੇ ਸਾਰਾ ਦਿਨ ਨਾ ਵਿੰਦਰਾ ਆਇਆ ਰਹਿੰਦਾ ਉਹਨੂੰ ਵੀ ਮੇਰੇ ਚੁਗਲੀਆਂ ਕਰਦੇ ਨੇਗੇ ਅੱਛਾ ਹਾਂ ਨਾਲੇ ਕਦੇ ਆਪਾਂ ਚੁਗਲੀ ਕਰੀਏ ਕਿ ਚੁਗਲੀਆਂ ਤੂੰ ਗੱਲ ਨਹੀਂ ਕਰ ਗੁੱਡੀਆਂ ਤਾਂ ਆਉਣੀਆਂ ਘਰੇ ਹਾਂ ਗੁੱਡੀ ਤਾਂ ਆਉਣੀ ਹੈਗਾ ਤੇ ਦੁਬਾਰੇ ਅੰਤਰੇ ਰਹਿੰਦੇ ਨੇ ਕੋਈ ਉਹ ਤਾਂ ਵਿਚਾਰੀ ਮਹੀਨੇ ਵੀ ਜਿਹੜਾ ਫੋਨ ਲਾਉਂਦੀ ਹਰ ਸਿੱਖ ਪੁੱਛਦੀ ਆ ਲਾਉਂਦੀ ਹੈ ਆਪਾਂ ਤਾਂ ਕਦੇ ਫੋਨ ਨਹੀਂ ਲਾਇਆ ਆਪ ਹੀ ਲਾਉਂਦੇ ਵਿਚਾਰੀ ਉਹ ਤਾਂ ਆ ਬੇਬੇ ਆਨੰਦ ਭਜਾਈਆਂ ਦਾ ਇਹ ਹੁੰਦਾ ਹੀ ਆ ਉਹ ਨਹੀਂ ਤਾਂ ਕਰ ਲਿਆ ਤੂੰ ਤਾਂ ਮੈਂ ਨੇ ਰਹਿ ਖੁਸ਼ ਹੁੰਦੀਆਂ ਪਾਈਪਾਂ ਦੀ ਕਿੰਨੀ ਉਹ ਕਰੀਆਂ ਹਾਂ ਹਾਂ ਪਰ ਇਹ ਖੈਰ ਰੱਖ ਰੱਖਦੀਆਂ ਨੇ ਹੋਰ ਨਾਲੇ ਆਇਆ ਆਪਣੀ ਤੁਹਾਨੂੰ ਕੱਲੀ ਕੁੜੀ ਆਈ ਉਸੇ ਨੂੰ ਫੋਨ ਲਾਉਣਾ ਹੋਰ ਆਪਣੇ ਕਿਹਦੇ ਲਾਉਣਾ ਹੋਰ ਹੋਰ ਬੇਬੇ ਆਨੰਦ ਪੜਿਆ ਜਾਂਦੀ ਕਿਸੇ ਕਿਸੇ ਦੀ ਬਣਦੀ ਆ ਕੁਦਰਤੀ ਗੱਲ ਹੈ ਨਾਲੇ ਆਪਣੀ ਕੁੜੀ ਤੇ ਇਕੱਲੀ ਕੁੜੀ ਆ ਤੇ ਮਜਦੀ ਵੱਧ ਹੈ ਇਹ ਤਾਂ ਵਿੰਦਰ ਉੱਤੇ ਵੀ ਔਖੀ ਆ ਗਈ ਜੇ ਤੇਰੀ ਕੁੜੀ ਦਾ ਵਿਆਹ ਕਰੇ ਆਪਾਂ 10 ਰੁਪਏ ਲਾਤੇ ਜਿਹੜੇ ਅੱਛਾ ਇਹਨੂੰ ਆਈ ਸੀ ਵਿੰਦਰ ਮੇਰੇ ਮੰਗ ਲੱਗੂਗਾ ਨਹੀਂ ਉਹ ਤਾਂ ਲਾਉਣੇ ਹੱਕ ਬਣਦੇ ਰੁਪਏ ਲਾਉਣ ਦਾ ਆਪਣਾ ਹਾਂ ਫਿਰ
ਚੰਗਾ ਟਿਕਾਣਾ ਸੀ ਕਰ ਲੈ ਗਈ ਮੱਛਰਾਂ ਨੀ ਕਰ ਲੈ ਗਈ ਉਹ ਵੀ ਕਰ ਦਿੱਤੀ ਔਖੀ ਹੋਈ ਆ ਗੱਲ ਤੇ ਨਹੀਂ ਬੇਬੇ ਇਹ ਤਾਂ ਸਾਨੂੰ ਹੀ ਵਹਿਮ ਹੈ ਮੈਂ ਕਿਉਂ ਮੱਛਦੀ ਹੈਗੀ ਪਹਿਲਾਂ ਦੀ ਪਹਿਲਾਂ ਤੁਸੀਂ ਐਂ ਦੇਖੋ ਜਦੋਂ ਭੈਣ ਦਾ ਵਿਆਹ ਹੋਏਗਾ ਤੇ ਮੈਂ ਕੋਈ ਚੀਜ਼ ਤੋਂ ਉਹ ਕਰਿਆ ਸਾਨੂੰ ਵੀ ਇਹ ਚੀਜ਼ ਆਪਾਂ ਲੈਣੀ ਨੀ ਹੈਗੀ ਜਿਹੜੀ ਕੋਈ ਚੀਜ਼ ਲਿਆਂਦੀ ਸੰਗ ਮੈਂ ਨਾਲ ਜਾ ਕੇ ਲਿਆਂਦੀ ਤੁਹਾਡੇ ਨੂੰ ਵਧੀਆ ਹੀ ਲਿਆਂਦੀ ਹੈ ਭੋਰਾ ਉਹ ਗਲਵਿੰਦਰ ਨੂੰ ਵੀ ਪਤਾ ਲੱਗ ਜਾਂਦਾ ਹੁੰਦਾ ਬੰਦੇ ਦਾ ਉਹ ਤਾਂ ਤੂੰ ਲੋਕਾਂ ਵਿੱਚ ਨਾਲ ਵੀ ਕੋਈ ਜੀ ਹੋਈ ਜੇਗੀ ਤਾਂ ਚਲ ਫਰਾਂਗਾ ਤੁਸੀਂ ਕਿਵੇਂ ਮਰਜ਼ੀ ਸਮਝ ਲਓ ਕੱਲੀ ਕੁੜੀ ਆਪਣੇ ਦੋਹਦੇ ਪਿੱਛੇ ਹੋ ਗਈ ਤੁਸੀਂ ਮੈਨੂੰ ਤਾਂ ਚੰਗੀ ਸਮਝਣੀ ਨਹੀਂ ਹੈ ਮੈਂ ਤਾਂ ਹਰੇ ਗੱਲ ਪੁੱਛੀ ਸਮਝ ਕਦੇ ਨਹੀਂ ਗੱਲ ਨਿਕਲ ਗਿਆ ਚੱਕਰ ਫੋਨ ਤੇ ਆਪਣੀ ਗੱਲ ਹੈ ਫਿਰ ਤਾਂ ਘਰੋਂ ਕੱਢ ਕੇ ਰਾਜੀ ਸੀ ਘਰੋਂ ਕੱਢ ਕੇ ਰਾਜੀ ਸੀ ਹਾਂ ਫਿਰ ਸੁਖ ਤੋਂ ਪੁੱਛਦੇ ਬਿਚਾਰੀ ਆਪ ਫੋਨ ਲਾਉਂਦੀ ਆ ਆਪ ਲਾਉਂਦੀ ਜੇ ਇਹ ਲਾਵੇ ਫਿਰ ਆਪੇ ਇਹਨੂੰ ਨਾ ਲਾਵੇ ਹੋ ਤਾਂ ਹੀ ਤਾਂ ਕਹਿੰਦੇ ਤੈਨੂੰ ਫੋਨ ਆਉਂਦਾ ਉਹਦਾ ਬਿੰਦਰਾ ਇਹਦਾ ਹੱਕ ਨਹੀਂ ਬਣਦਾ ਕੁੜੀ ਨਾਲ ਗੱਲ ਕਰਨ ਦਾ ਵੀ ਜਦੋਂ ਤਾਂ ਫੋਨ ਆਉਂਦਾ ਇਹਦਾ ਹੱਕ ਬਣਦਾ ਗੱਲ ਕਰਨ ਦਾ ਵੀ ਨਹੀਂ ਗੱਲ ਕਰਦੇ ਨਾ ਗੱਲ ਕਰਦੇ ਇਹਦੀ ਮਰਜ਼ੀ ਹੈ ਤੈਨੂੰ ਫੋਨ ਲਾਉਂਦੀ ਆ ਕੁੜੀ ਤਿੰਨ ਗੱਲਾਂ ਬਾਤ ਵਧੀਆ ਕਰ ਲੈਂਦੀ ਨਾ ਗੱਲ ਕਰਦੇ ਅਰੇ ਮੈਂ ਫਿਰ ਦੱਸ ਦੇ ਖਰਾਬ ਨੇ ਵਾਲੇ ਮਸ਼ੀਨ ਤੇ ਲਵਾ ਲਿਆ ਹਾਂ ਨਾਲੇ ਹਰਾ ਆਪਣਾ ਮੋਟਾ ਮੋਟਾ ਖਰਾਬ ਹੋ ਜਾਂਦਾ ਅੱਜ ਕੱਲ ਹੋਰ ਤੇ ਮੈਂ ਦਾਤ ਲਵਾ ਦਿਆ ਲਵਾ ਦਿਆ ਹੋਰ ਚਾਬੀ ਬਣ ਗਈ ਆ ਬੇ ਆਪਾਂ ਨੂੰ ਮੈਂ ਜਿਹੜਾ ਨਾੜੀ ਜਾਰੇ ਪੈ ਨੇ ਬਾਹਰ ਟਾਈਮ ਬਿਆਜੀ ਸ਼ੋਰੂਆ ਖਾ ਲਈ ਵੀ ਕੁੜੀ ਆਈ ਤੂੰ ਕੀ ਕਰਾਂਗੇ ਤਾਂ ਆਲੂ ਨੀ ਬਾਲ ਕੇ ਰੋਟੀ ਖਾਧੀ ਜਾਂਦੀ ਚੱਕੀ ਫਿਰਦੀ ਕੱਢਦੇ ਬੇਬੇ ਸਾਰੀ ਗੱਲ ਆਪੂ ਬੇਬੇ 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 ਤੂੰ ਕਿੱਥੇ ਨਿਕਲਦਾ ਸ਼ੋਰੂਆ ਵੀ ਤੂੰ ਨੀ ਕੱਢ ਸਕਦੀ ਕੱਲ੍ਹ ਨੂੰ ਕੱਢ ਕੇ ਕਰ ਲਾਂਗੇ ਦਾਲ ਕੁੜੀ ਆਈ ਤੋਂ ਆਪਣੇ ਮੈਨੂੰ ਹੁਣ ਪਤਾ ਨੀ ਰਾਤ ਵਾਲੀ ਦਾ ਤੇ ਹੁਣ ਵਾਲੀ ਦਾ ਦਿਨ ਰਾਤ ਦਾ ਫਰਕ ਸੀਗਾ ਨਹੀਂ ਪਾਇਆ ਅੱਠ ਕਿੰਨਾ ਫਰਕ ਰੱਖਦੀ ਹੈ ਭੋਰਾ ਦਾਲ ਤਾਂ ਖਾਂਦੀ ਹਾਂ ਮੈਂ ਉਸ ਵਿੱਚ ਪਾਣੀ ਪਾ ਦਿੱਤੀ ਹੈ ਮਾੜੀ ਮੋਟੀ ਚੱਕੀ ਕਰਕੇ ਦੇ ਦੇ ਹਰੇ ਬਾਈ ਠੀਕ ਹੈ ਵਧੀਆ ਵੀਰੇ ਠੀਕ ਰਹਿਣਾ ਵਧੀਆ
ਹਾਂ ਵਧੀਆ ਨੇ। ਮਾਸੀ ਜੀ ਦੇ ਗੋਡੇ ਕਿਵੇਂ, ਠੀਕ ਨੇ ਹੁਣ? ਹਾਂ ਠੀਕ ਨੇ, ਹੁਣ ਤਾਂ ਪਹਿਲਾਂ ਦਵਾਈ ਵੀ ਚੱਲਦੀ ਸੀ, ਹੁਣ ਤਾਂ ਸੁੱਟ ਗਈ ਦਵਾਈ ਜੀ, ਠੀਕ ਨੇ ਵਧੀਆ। ਹੁਣ ਤੁਰੇ ਫਿਰਦੇ ਹੋਵੋਗੇ ਵਧੀਆ? ਹਾਂ ਵਧੀਆ ਚੱਲਦੇ ਨੇ। ਹਾਂ ਚੱਲ ਚੱਲਦੀ ਗੱਲ। ਹੋਰ ਗਾਗਨ ਦੇ ਪੇਪਰ ਵਧੀਆ ਹੋ ਗਏ? ਹਾਂ ਵਧੀਆ ਹੋ ਗਏ, ਵਧੀਆ ਲੈ ਗਿਆ ਨੰਬਰ, 90% ਨੰਬਰ ਆਏ ਨੇ। ਚਲੋ ਚੰਗੀ ਗੱਲ, ਫਿਰ ਤਾਂ ਵਧੀਆ ਪੜ੍ਹਦਾ। ਹਾਂ ਵਧੀਆ ਪੜ੍ਹਦਾ ਨਾ। ਹਾਂ ਕਿਵੇਂ ਟਿਊਸ਼ਨ 'ਤੇ ਲਾ ਰੱਖਿਆ ਕਿ ਉਹੀ ਕਰ ਲੈਂਦਾ ਵਧੀਆ ਪੜ੍ਹਾਈ? ਨਾ ਟਿਊਸ਼ਨ 'ਤੇ ਤਾਂ ਥੋੜ੍ਹਾ ਜਿਹਾ ਟਾਈਮ ਹੀ ਲਾਇਆ ਸੀ ਬਸ, ਪੇਪਰਾਂ ਦੇ ਟਾਈਮ ਜੇ 'ਤੇ। ਹਾਂ ਹਾਂ ਬਸ ਉਹਨੂੰ ਨਹੀਂ ਲਾਇਆ ਹੈਗਾ, ਨਾ ਹੀ ਉਹ ਫਿਰ ਲੱਗੇਗਾ ਇਹਦੇ। ਮੰਮੀ ਵਧੀਆ ਬਸ, ਠੀਕ ਹੈ। ਹਾਂ ਨਾ ਚੱਲ ਵਧੀਆ ਹੈਗਾ, ਜਿਵੇਂ ਟਿਊਸ਼ਨ ਤੋਂ ਜਵਾਬ ਵਧੀਆ ਪੜ੍ਹਦਾ ਫਿਰ ਤਾਂ ਲੋੜ ਹੀ, ਬਾਕੀ ਫਿਰ ਵਧੀਆ ਪੜ੍ਹਦਾ ਨਾ, ਲੋੜ ਹੀ ਨਹੀਂ ਪੈਂਦੀ ਇੰਨਾ। ਹਾਂ ਚਲੋ ਚੰਗੀ ਗੱਲ ਹੈ, ਚਾਹ ਕਰ ਲੈ ਕੁਲਵਿੰਦਰ। ਹਾਂ ਚਾਹ ਬਣਾ ਕੇ। ਹੋਰ ਸੁਣਾ ਬੇਬੇ? ਠੀਕ ਹੈ, ਪੁੱਤਰ ਸੀ ਜਿਹੜਾ ਟਾਈਮ ਪਾਸ ਹੋ ਜਾਂਦਾ ਹੈ। ਅੱਛਾ ਹਾਂ ਵਧੀਆ ਰਹਿੰਦੀ ਹੁਣ? ਹਾਂ ਵਧੀਆ ਬਸ। ਹੋਰ ਗੋਡੇ ਗੁੱਟੇ ਤਾਂ ਨਹੀਂ? ਗੋਡੇ ਗੁੱਟੇ ਠੀਕ ਹੈ, ਬਸ ਉਹੀ ਮਨ ਜੇ ਖਰਾਬ ਹੁੰਦਾ ਹੁੰਦਾ, ਬਲੱਡ ਬਲੁੱਡ ਜਿਹਾ ਵੱਧ ਜਾਂਦਾ ਹੈਗਾ। ਅੱਛਾ ਹਾਂ ਤੈਨੂੰ ਪਤਾ ਹੈਗਾ ਸਰਦੀ ਤੇ ਅੱਖਾਂ ਦੀ ਪ੍ਰੋਬਲਮ ਹੈ ਮੈਨੂੰ। ਆਹੋ ਵੀ ਫਿਰ ਟੈਨਸ਼ਨ ਨਾ ਕਰਿਆ ਕਰੋ, ਟੈਨਸ਼ਨ ਵੀ ਵੱਧ ਲੈਣਾ ਥੋੜ੍ਹੀ ਤੁਸੀਂ। ਟੈਨਸ਼ਨ ਕਿਵੇਂ ਲੈਣਾ ਭਾਬੀ ਪਾਲ ਮੈਂ, ਸਾਰਾ ਤਾਂ ਇਕੱਠੀ ਹੋਈ ਰਹਿੰਦੀ ਹੈ ਜੀ। ਇਹ ਤਾਂ ਤੇਰੇ ਆਈ ਤੋਂ ਮਾੜਾ ਜਿਹਾ ਪਤਾ ਕਿਵੇਂ ਤੇਰੇ ਕੋਲ ਬੈਠ ਗਈ, ਮੇਰੇ ਕੋਲ ਤਾਂ ਬਹਿੰਦੀ ਨਹੀਂ ਨਾ ਮੇਰੇ ਨਾਲ ਕੋਈ ਗੱਲਬਾਤ ਕਰੇ। ਮੈਨੂੰ ਤਾਂ ਬੇਬੇ ਵਧੀਆ ਲੱਗਦੀ ਹੈ। ਤੈਨੂੰ ਉਹੀ ਲੱਗਦਾ ਵੀ ਪਾਲ ਨਾ ਵਧੀਆ ਬੁਲਾਉਂਦੀ ਜੇ ਲਾਉਂਦੀ ਹੈ, ਵਧੀਆ ਚਾਹ ਪਾਣੀ ਬੁਲਾਉਂਦੀ ਹੈ, ਮੈਨੂੰ ਤਾਂ ਕੋਈ ਫਰਕ ਜਿਹਾ ਨਹੀਂ ਲੱਗਦਾ। ਚੱਲ ਛੱਡ ਖੈੜਾ, ਤੇਰੀ ਸੱਸ ਦਾ ਦੱਸ ਕੀ ਹਾਲ ਹੈ? ਵਧੀਆ ਬੇਬੇ। ਵਧੀਆ ਕਿਵੇਂ? ਤੂੰ ਵਧੀਆ ਹੈ ਤਾਂ ਵਧੀਆ ਹੈ, ਉਹ ਤਾਂ ਹੈਗੀ ਹੈ। ਫਿਰ ਜੇ ਆਪਾਂ ਆਪ ਵਧੀਆ ਹੋਵਾਂਗੇ ਫਿਰ ਹੀ ਵਧੀਆ ਰਹਿੰਦਾ ਅਗਲਾ। ਫਿਰ ਤੂੰ ਸਿਆਣੀ ਹੈ ਤਾਂ ਆਪਦਾ ਘਰ ਬਣਦੀ ਹੈ ਤੂੰ। ਹਾਂ ਇਹ ਤਾਂ ਹੈਗੀ, ਨਾ ਹੀ ਕਦੇ ਉਹਨਾਂ ਨੇ ਆਏ ਜੇ ਕਰਿਆ ਮੇਰੇ ਨਾਲ, ਵਧੀਆ ਰਹਿੰਦੇ ਨੇ ਮੇਰੇ ਨਾਲ। ਤੇਰੇ ਨਾਲ ਤਾਂ ਤੇਰੇ ਤਾਂ ਪਾਲ ਹੀ ਬਣਦੇ ਸੱਸ ਨਾਲ। ਅੱਜ ਤਾਂ ਮੈਂ ਵਧੀਆ ਮੰਗੂ ਰਹੇ ਨੇ ਬੇਬੇ, ਆਪਣੇ ਆਈ ਤਾਂ ਮਲਿਆਉਂਦੀ ਨਹੀਂ ਮੱਤ ਮੇਰੇ ਨਾਲ, ਤੇਰਾ ਅਸ ਤੇ ਇੱਕ ਮੰਜੇ ਤੇ ਬਹਿਨੇ ਆ ਵਧੀਆ ਇਵੇਂ ਗਾਹਾਂ। ਅੱਛਾ ਵਧੀਆ ਗੱਲਾਂ ਬਾਤਾਂ ਕਰਦੇ ਆ। ਅੱਛਾ ਫਿਰ ਆਪਣੇ ਆਈ ਕਿਉਂ ਨਹੀਂ ਬਹਿੰਦੀ ਮੇਰੇ ਕੋਲ? ਇਹ ਤਾਂ ਗਲਤ ਗੱਲ ਹੈ ਬੇਬੇ। ਫਿਰ ਹੋਰ ਗਲਤ ਤਾਂ ਹੈ ਜੇ ਵੀ ਪਰ ਜਦੋਂ ਵਿੰਦਰ ਬਾਹਰੋਂ ਆਊਗਾ ਉਹਨਾਂ ਕੋਲ ਵੀ ਇਹਨਾਂ ਨੇ ਇਹੀ ਗੱਲ ਕਹਿਣੀ ਹੈ ਕਿ ਮੇਰੇ ਕੋਲੇ ਨੀ ਬਹਿੰਦੇ, ਵਿੰਦਰ ਨੂੰ ਬਸ ਉਂਗਲਾਂ ਲਾਈ ਜਾਣ, ਕਹਿੰਦੇ ਕਿ ਬੀਪਾ ਨੇ ਕਦੇ ਗੱਲ ਨੀ ਕਰੀ ਹੈਗੀ, ਅੱਗੇ ਇਹਦਾ ਹੱਕ ਨੀ ਬਣਦਾ। ਜੇ ਭੈਣ ਮੇਰੇ ਕੋਲ ਅੱਡ ਫੋਨ ਹੋਵੇ ਤਾਂ ਮੈਂ ਤੁਹਾਡੇ ਨਾਲ ਆਪ ਗੱਲ ਕਰ ਲਾਂ। ਹਾਂ ਵੀ ਜੇ ਹੁਣ ਜਦੋਂ ਬੇਬੇ ਕੋਲ ਤੁਹਾਡਾ ਫੋਨ ਆਉਂਦਾ, ਬੇਬੇ ਨੇ ਆਪ ਗੱਲ ਕਰਾਉਣੀ ਚਾਹੀਦੀ ਹੈ ਨਾ ਮੈਨੂੰ ਵੀ ਤੂੰ ਬੀਪਾ ਨਾਲ ਗੱਲ ਕਰ ਪਈ। ਹਾਂ ਉਹ ਤਾਂ ਹੈਗਾ ਵੀ ਫੋਨ ਨੀ, ਜਦੋਂ ਜੇ ਫੋਨ ਹੋਵੇ ਤਾਂ ਚੱਲ ਫੋਨ ਆਉਂਦਾ। ਹਾਂ ਵੀ ਫਿਰ ਹੀ ਗੱਲ ਕਰਾਂ ਮੈਂ ਤੁਹਾਡੇ ਨਾਲ, ਜੇ ਮੈਂ ਬਿੰਦਰ ਨੂੰ ਕਿੰਨੇ ਵਾਰੀ ਕਿਹਾ ਵੀ ਮੈਨੂੰ ਭੈਣ ਨੂੰ ਫੋਨ ਲੱਗ ਦੇ ਤੇ ਮੈਂ ਗੱਲ ਕਰਨਾ, ਤਾਂ ਮੈਨੂੰ ਉਹ ਨਹੀਂ ਲਾ ਕੇ ਦਿੰਦੇ ਹੈਗੇ। ਪਹਿਲਾਂ ਫਿਰ ਐਂ ਦੱਸੋ ਮੈਂ ਕਿ ਮੈਂ ਗੱਲ ਕਰਾਂ ਤੁਹਾਡੇ ਨਾਲ। ਹਾਂ ਉਹ ਤਾਂ ਠੀਕ ਹੈ ਗੱਲ, ਜਦੋਂ ਤੁਹਾਡੇ ਕੋਲ ਫੋਨ ਹੀ ਨਹੀਂ, ਫੋਨ ਹੋਵੇ ਤਾਂ ਫਿਰ ਤਾਂ ਹੋ ਜਾਂਦਾ ਜੀ ਭਾਈ, ਜਦੋਂ ਚੰਗਾ ਭਲਾ ਫੋਨ ਆਏ ਫੋਨ ਤੇ ਨਹੀਂ ਕਰਦੀ। ਹਾਂ ਚੱਲ ਫਿਰ ਤਾਂ ਕਹਿੰਦੇ ਵੀ ਚੰਗੇ ਲੱਗਦੇ ਹੈਗੇ ਵੀ ਇਹਦੇ ਕੋਲ ਆਪਦੇ ਕੋਲ ਫੋਨ ਹੈਗਾ ਵੀ ਜਾਣ ਕੇ ਨਹੀਂ ਗੱਲ ਕਰਦੀ ਜੀ। ਬਾਕੀ ਜੇ ਤੁਹਾਨੂੰ ਕੋਈ ਕਸੂਰ ਲੱਗਦਾ ਭੈਣੇ ਮੈਨੂੰ ਕਹਿ ਕੇ ਜਾ ਤੂੰ, ਮੈਂ ਉਹ ਵੀ ਤੁਹਾਡਾ ਭੋਰਾ ਗੁੱਸਾ ਨਹੀਂ ਕਰਦੀ, ਭਾਵੇਂ ਮੈਂ ਇੱਥੋਂ ਛੋਟੇ ਹੀ ਹੋਊਗੇ ਤੁਸੀਂ। ਬਾਕੀ ਤੁਸੀਂ ਜੇ ਕੋਈ ਤੁਹਾਨੂੰ ਬੇਬੇ ਦੀ ਗੱਲ ਗਲਤ ਲੱਗਦੀ ਹੈ ਤੁਸੀਂ ਬੇਬੇ ਨੂੰ ਵੀ ਕਹੋ, ਜਦੋਂ ਵੀਰ ਪਾਲ ਹਿਆਲ ਦੀ ਪੇਕੀ ਲਾਉਂਦੀ ਉਦੋਂ ਕਿਹੜਾ ਫਿਰ ਇਹਦੇ ਕੋਲ ਫੋਨ ਹੁੰਦਾ ਗਾ, ਉਦੋਂ ਵੀ ਫਿਰ ਘਰ ਵਾਲੇ 'ਚ ਲਾਉਂਦੀ ਹੈ ਜਾਂ ਬਿੰਦਰ ਵਾਲੇ 'ਚ ਲਾਉਂਦੀ ਹੈ, ਫਿਰ ਉਹਦੇ ਤੇਰੇ ਨਾਲ ਗੱਲ ਕਰ ਲੈ। ਫਿਰ ਤੁਸੀਂ ਫੋਨ ਦਿਆ ਕਰੋ ਤੁਸੀਂ, ਹੁਣ ਜਦੋਂ ਇਹ ਪੇਕੀ ਲਾਉਂਦੀ ਹੈ ਉਦੋਂ ਕਿਹੜਾ ਫਿਰ ਮੈਨੂੰ ਫੋਨ ਦਿੰਦੀ ਹੈ, ਉਦੋਂ ਵੀ ਇਹ ਗੱਲ ਕਰਦੀ ਹੈ ਜਾਂ ਮੇਰੇ ਆਪਣੇ ਘਰ ਵਾਲੇ 'ਤੇ ਜਾਂ ਬਿੰਦਰ ਵਾਲੇ 'ਤੇ, ਫਿਰ ਉਹਦੇ ਤੇਰੇ ਨਾਲ ਗੱਲ ਕਰ ਲਿਆ ਕਰੇ। ਨਹੀਂ ਬੇਬੇ ਮੈਂ ਤਾਂ ਕਦੇ ਨਹੀਂ ਲਾਇਆ ਹੈਗਾ ਇੱਧਰੋਂ, ਉਹ ਤਾਂ ਬਿੰਦਰ ਕੋਲ ਹੀ ਆਉਂਦਾ ਹੈਗਾ ਬਾਈ ਦਾ ਫੋਨ, ਉਹਦੇ 'ਤੇ ਹੀ ਗੱਲ ਕਰਨੀ ਹੋਣੀ ਹੈ। ਮੈਂ ਤਾਂ ਇੱਧਰੋਂ ਤਾਂ ਮੈਂ ਕਦੇ ਨਹੀਂ ਲਾ ਸਕਦੀ ਬਿੰਦਰ ਨੂੰ ਗੁੱਸੇ ਲਿਆ ਜਦੋਂ ਆਇਆ, ਇੱਧਰੋਂ ਨਹੀਂ ਮੈਂ ਲਾਇਆ ਹੈਗਾ ਕਦੇ ਵੀ। ਆਏ ਤੇ ਤਾਂ ਮੈਨੂੰ ਜ਼ਰੂਰ ਗੱਲ ਕਰਾ ਦਿੰਦੇ ਨੇਗੇ, ਮੈਂ ਤਾਂ ਆਇਆ ਫਿਰ ਵੀ ਤੂੰ ਗੱਲ ਕਰਦੀ ਹੈ। ਹੁਣ ਮੈਨੂੰ ਤਾਂ ਤੁਹਾਡੀਆਂ ਦੋਨਾਂ ਦੀਆਂ ਇਹਨਾਂ ਗੱਲਾਂ ਦਾ ਨਹੀਂ ਪਤਾ ਲੱਗਦਾ, ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ। ਬੀਪਲ ਹੁਣ ਤਾਂ ਇੰਨੀਆਂ ਗੱਲਾਂ ਕਰ ਲਈਆਂ ਜੀ, ਜਦੋਂ ਇਹ ਤੂੰ ਨਹੀਂ ਹੁੰਦੀ ਉਹ ਤਾਂ ਇੱਕੋ ਗੱਲ ਨਹੀਂ ਕਰਦੀ।
ਹੁਣ ਤਾਂ ਅੱਜ ਜਿਹੜਾ ਇਹ ਕਹਿ ਦਈਏ ਵੀ ਮੇਰੇ ਤਾਂ ਭੋਰਾ ਫੋਟ ਨਹੀਂ ਹੈਗਾ, ਸੱਚੀ ਬਣ ਗਈ ਤੇਰਾ ਇੱਕ ਤੋਂ। ਹੁਣ ਕੀ ਪਤਾ ਲੱਗੇ ਬੇਬੇ ਮੈਨੂੰ, ਤੈਨੂੰ ਤਾਂ ਕੀ ਪਤਾ ਲੱਗੇ, ਦੋ ਦਿਨ ਰਹਿ ਕੇ ਤੈਨੂੰ ਪਤਾ ਲੱਗ ਜੂਗਾ ਬਸ ਫਿਰ। ਬਿੰਦਰ ਦੇ ਫੋਨ ਤੇ ਫੋਨ ਆਉਂਦਾ ਗਾ, ਅੱਛਾ ਰੋਜ਼ ਕਰਦੇ ਫੋਨ। ਚੱਲ ਬਾਈ ਤੋਂ ਬਿੰਦਰ ਆ ਗਿਆ, ਪੁੱਛੀ ਲੈ ਘੱਟੀ ਗੱਲ ਕਰਦੀ ਉਧਰੋਂ ਲਾ ਲੂ ਲੈਂਦੇ ਨੇ। ਅੱਛਾ ਅੱਛਾ ਕੱਪੜੇ ਵੀ ਲਿਆਉਣੇ ਪੈਣਗੇ ਫਿਰ ਵੀ ਪਾਪਾ, ਫਿਰ ਤੂੰ ਦਵਾ ਕੇ ਲਿਆਉਣੇਗਾ, ਤੁਸੀਂ ਐ ਕਰੋ ਤੜਕੇ ਨਹੀਂ ਵਗ ਜਾਓ, ਠੰਡੇ ਠੰਡੇ ਜਾ ਕੇ ਲੈ ਫਿਰ ਤੂੰ ਦੇ ਨਾਲ ਲਿਆਉਣਾ ਸੂਟ। ਚੱਲ ਫਿਰ ਆਏ ਦੇਖ ਲਾ, ਕੀ ਕਰੀ ਜਾਂਦੀ ਆ ਕੁਲਵਿੰਦਰ? ਕੁਛ ਨਹੀਂ ਕਰਦੀ ਵੀਰਪਾਲ, ਮੈਂ ਤਾਂ ਹਾਲੇ ਨਾ ਚਾਦਰ ਜੀ ਲੋਟ ਕਰੀ ਜਾਂਦੀ ਸੀਗੀ। ਅੱਛਾ ਹਾਂ, ਬਹਿ ਜਾ ਬੈਠੀ ਭਾਬੀ। ਭਾਬੀ ਤੁਸੀਂ ਕੱਪੜੇ ਲੈਣ ਨਹੀਂ ਜਾਂਦੇ, ਮੈਂ ਤਾਂ ਬੇਬੇ ਜਾਵਾਂਗੇ, ਮੈਂ ਤੁਸੀਂ ਵੀ ਨਾਲ ਹੀ ਵਗ ਜਾਂਦੇ ਆਪਦੀ ਪਸੰਦ ਦਾ ਲਿਆਉਂਦੇ। ਤੜਕੇ ਜਾਊਂਗੇ ਫਿਰ ਹੁਣ ਤਾਂ? ਹਾਂ ਸਵੇਰੇ ਜਾਵਾਂਗੇ। ਅੱਛਾ ਨਾ ਲੈ ਆਇਓ ਕੋਈ ਨਾ, ਨਾ ਮੈਂ ਤਾਂ ਨਹੀਂ ਲੈਣਾ ਵੀਰਪਾਲ, ਮੇਰੇ ਕੋਲ ਤਾਂ ਉਹਨਾਂ ਨੇ ਬੁਰਜ ਵਾਲਿਆਂ ਨੇ ਦਿੱਤਾ ਸੀਗਾ ਬੜਾ ਸੋਹਣਾ ਸੂਟ। ਹੁਣ ਦਿੱਤਾ ਹੁਣ? ਹਾਂ ਹੁਣ ਦਿੱਤਾ ਸੀ, ਹੁਣ ਮੈਂ ਗਈ ਸੀਗੀ ਉਹਦੇ ਇੱਕ ਦਿਨ ਮਿਲਣ ਗਈ ਸੀ। ਅੱਛਾ ਅਤੇ ਉਹਨਾਂ ਨੇ ਦਿੱਤਾ ਸੀ, ਲੈ ਮੈਂ ਤੈਨੂੰ ਦਿਖਾਵਾਂ। ਲਿਆ ਚੱਕ ਕੇ ਦੇਖੀ ਕਿਹਾ ਜੇ। ਹਾਂ ਲੈ ਦੇਖ, 1500 ਦਾ ਆਇਆ ਹੈਗਾ। ਹਾਂ ਬਹੁਤ ਸੋਹਣਾ ਕੱਪੜਾ ਵੀ, ਬਹੁਤ ਸੋਹਣਾ ਹੈਗਾ। ਹਾਂ ਬਹੁਤ ਸੋਹਣਾ ਸੋਹਣਾ ਹੈਗਾ। ਹਾਂ ਕਲਰ ਵੀ ਸੋਹਣਾ ਹੈਗਾ। ਹਾਂ ਸੋਹਣਾ ਹੈਗਾ। ਸੋਹਣਾ ਲੱਗਦਾ, ਤੂੰ ਪਾ ਲਈ ਲੈ ਲਾ। ਨਾ ਨਾ ਭਾਬੀ, ਮੈਂ ਕਾਹਨੂੰ ਲੈ ਕੇ ਜਾਣਾ, ਤੁਹਾਡੀ ਪਸੰਦ ਹੈ ਇਹ। ਨਾ ਨਾ ਪਾ ਲਿਓ ਸਮਾ ਕੇ, ਕੋਈ ਨਾ ਮੇਰੀ ਪਸੰਦ ਦਾ ਤੇਰੀ ਪਸੰਦ ਦਾ ਫਰਕ ਹੈ ਕੋਈ? ਜੇ ਤੁਹਾਨੂੰ ਲੱਗਦਾ ਸੋਹਣਾ ਲੱਗਦਾ ਤੁਸੀਂ ਲੈ ਲਓ, ਫਰਕ ਤਾਂ ਕੋਈ ਨਹੀਂ। ਮੈਂ ਚੱਲ ਤੁਸੀਂ ਸਮਾ ਲਿਓ, ਨਹੀਂ ਮੈਂ ਕਾਹਨੂੰ ਲੈ ਕੇ ਜਾਣਾ। ਲੈ ਜਾਣ ਨੂੰ ਤੂੰ ਐਂ ਨਾ ਕਰ ਵੀ ਇਹ ਭਾਬੀ ਦਾ ਸੂਟ ਹੈ। ਨਾ ਨਾ ਉਹ ਤਾਂ ਕੋਈ ਗੱਲ ਨਹੀਂ। ਹਾਂ ਇਹ ਤਾਂ ਤੈਨੂੰ ਪਤਾ ਹੀ ਹੈ, ਤੈਂ ਪਾ ਲਿਆ ਕਿ ਮੈਂ ਪਾ ਲਿਆ। ਹਾਂ ਸੱਚ ਨਹੀਂ, ਜੇ ਤੁਹਾਨੂੰ ਸੋਹਣਾ ਲੱਗਦਾ ਰੰਗ ਲੈ ਜਾਓ ਤੁਸੀਂ। ਚੱਲ ਕੋਈ ਨਾ, ਜੇ ਤੁਸੀਂ ਇੰਨੇ ਮਾਨਤਾ ਨਾਲ ਕਹਿੰਦੇ ਲੈ ਜਾਂਦੀ। ਹਾਂ ਚੱਲ ਫਿਰ ਅਸੀਂ ਮਾਨਸਾ ਕੀ ਕਰਨ ਜਾਣਾ? ਚੱਲ ਕੋਈ ਨਾ, ਬੇਬੇ ਸੋਲੂ ਅਜੇ ਕੱਢਣ ਲੱਗ ਗਏ। ਹਾਂ ਸੋਲੂ ਅਜੇ ਕੱਢੀ ਜਾਂਦੇ ਨੇ ਬੈਠੇ ਉਹ। ਹਾਂ ਦਾਲ ਪਾਣੀ ਦਾ ਵੀ ਟਾਈਮ ਹੋਇਆ ਪਏਗਾ। ਠੀਕ ਹੈ ਨਾ ਲੈਣੇ। ਲੈ ਬੇਬੇ, ਆ ਕੁਲਵਿੰਦਰ ਨੇ ਸੂਟ ਦਿੱਤਾ ਮੈਨੂੰ। ਇਹ ਕਿਵੇਂ ਦੇਤਾ ਤੈਨੂੰ?
ਉਹੀ ਦੇਤਾ ਮੈਨੂੰ ਸੋਹਣਾ ਲੱਗਿਆ ਮੈਂ ਹਾਲੇ ਸੋਹਣਾ ਉਹ ਕਹਿੰਦੀ ਚੱਲ ਤੂੰ ਸਮੈਲ ਤੈਨੂੰ ਸੋਹਣਾ ਲੱਗਦਾ ਕਹਿੰਦੀ ਮੈਨੂੰ ਤਾਂ ਵਧੀਆ ਲੱਗਦਾ ਬੇਬੇ ਦੇਖ ਲੈ ਮਾਨਸਾ ਜਾਣਾ ਸੀ ਆਪਾਂ ਤਾਂ ਕੱਪੜੇ ਜਾ ਹਾਂ ਜਾਣਾ ਤਾਂ ਹੈਗਾ ਸੀ ਫਿਰ ਕੀ ਕਰਨ ਜਾਣਾ ਜਦੋਂ ਸੂਟ ਦੇ ਹੀ ਦਿੱਤਾ ਮੈਨੂੰ ਆਹ ਸੂਟ ਦੇ ਤਾ ਕੁਲਵਿੰਦਰ ਨੇ ਤੈਨੂੰ ਹਾਂ ਤੂੰ ਕਾਹ ਤੋਂ ਦਿੱਤਾ ਉਹਦੇ ਪੇਕਿਆਂ ਨੇ ਦਿੱਤਾ ਸੀ ਅੱਛਾ 1500 ਦਾ ਬਣਿਆ ਕਹਿੰਦੀ ਅੱਛਾ ਹਾਂ ਇਹ ਤਾਂ ਤੈਨੂੰ ਜਾਣ ਕੇ ਦਿੱਤਾ ਵੀ ਬੁੜੀ ਮਾਨਸਾ ਰਹੀ ਜੋ ਕੁੜੀ ਨੂੰ ਪਤਾ ਨਹੀਂ ਕਿੰਨੇ ਕੁ ਪੈਸੇ ਲਾ ਕੇ ਆਉਗੇ ਨਾਲ ਕਿਤੇ ਆਪਦਾ ਸੂਟ ਨਾ ਲੈ ਬੇਬੇ ਵੀ ਉਹੀ ਮਰ ਜਾਂਦੀ ਹੈ ਬੇਬੇ ਤੂੰ ਤਾਂ ਮੈਂ ਤਾਂ ਆਪਦਾ ਸੂਟ ਕੌਣ ਦਿੰਦਾ ਹੁੰਦਾ ਆਪਦੀ ਪਸੰਦ ਕੋਈ ਨਹੀਂ ਦਿੰਦਾ ਕਿਸੇ ਨੂੰ ਮੈਂ ਤਾਂ ਪਸੰਦ ਨਹੀਂ ਜੀ ਪਰ ਸੂਟ ਮੈਨੂੰ ਤਾਂ ਬੇਬੇ ਵਧੀਆ ਲੱਗਦਾ ਮੈਂ ਤਾਂ ਇਹੀ ਲੈ ਜੂੰ ਜਦੋਂ ਮੈਨੂੰ ਮਾਨਸਾ ਨਾਲ ਦਿੱਤਾ ਮੈਂ ਤੈਨੂੰ ਮਾਨਸਾ ਲੈ ਜਾਂਦੀ ਬਲਾਈ ਸੋਹਣਾ ਸੂਟ ਦਵਾ ਕੇ ਲਿਆਉਣ ਤੇਰੇ ਪਸੰਦ ਦਾ ਕੁਛ ਨਹੀਂ ਹੁੰਦਾ ਜਦੋਂ ਬੰਦਾ ਮੋਹ ਪਿਆਰ ਕਰੇ ਫਿਰ ਮਾਣ ਵੀ ਰੱਖਣਾ ਪੈਂਦਾ ਇਹ ਚੱਕ ਕੇ ਫਿੱਕਾ ਜਿਹਾ ਸੂਟ ਪਲਾਤਾ ਬੁੜੀਆਂ ਵਾਲਾ ਕੁਛ ਨਹੀਂ ਹੁੰਦਾ ਮੈਨੂੰ ਤਾਂ ਫਿੱਕਾ ਜਿਹਾ ਰੰਗ ਗਰਮੀ 'ਚ ਸੋਹਣਾ ਲੱਗੂਗਾ ਪਾਇਆ ਹੋਇਆ ਚੱਲ ਤੇਰੀ ਮਰਜ਼ੀ ਆ ਭਾਈ ਜਿਵੇਂ ਤੇਰਾ ਜੀ ਕਰੇ ਚੱਲ ਠੀਕ ਹੈ ਬੇਬੇ ਹਾਂ ਅੰਦਰ ਤੱਕ ਕੇ ਆਉਂਦੀ ਹਾਂ ਮੈਂ ਤਾਂ ਭਰਿਆ ਇਹ ਹਾਲ ਹੋ ਰਿਹਾ ਨਹੀਂ ਦੇਖ ਲੈ ਸੂਟ ਲਾ ਚੱਕ ਕੇ ਫੜਾਤਾ ਕਰੋ ਵੀ ਕਿਤੇ ਮਾਨਸਾ ਨਾਲ ਪੈਸੇ ਬਾਹਲੇ ਲਾਇਆ ਉਹਨੇ ਵੀ ਮਸਾਂ ਤਾਂ ਕੁੜੀ ਆਈ ਹੈ ਇੱਕ ਅੱਧਾ ਸੂਟ ਤਾਂ ਚੱਜ ਦਾ ਹੱਕ ਬਣਦਾ ਦਵਾਉਣ ਦਾ ਰੋਲੇ ਕਰਦੀ ਹੈ ਜਿਵੇਂ ਪਤਾ ਨਹੀਂ ਕਿੱਧਰੋਂ ਜੀ ਕਰਾਇਆ ਵੀ ਆਪਦੇ ਨਾਲ ਚੱਕ ਕੇ ਫੜਾਤਾ ਬਿਉਂਤਰ ਤਾਂ ਬਥੇਰੀ ਹੈਗੀ ਐਸ ਲੋਟ ਵੀ ਸਾਡੇ ਘਰੋਂ ਨਾ ਖਰਚਾ ਹੋ ਜੇ ਕਿਤੇ ਐਂ ਤਾਂ ਬਥੇਰੀ ਸਿਹਾਰ ਹੈਗੀ ਕਹਾਉਂਦੀ ਹੈਗੀ ਉਦੋਂ ਪੌੜੀ ਵੀਰ ਪਾ ਲੈਗੀ ਮਗਰ ਲੱਗਦੀ ਹੈ ਵੀ ਤੂੰ ਉਹਦੀ ਕਹਿ ਵੀ ਮੈਂ ਤਾਂ ਮਾਨਸਾ ਜਾਊਂਗੀ ਮੇਰੀ ਬੇਬੇ ਨਾਲ ਕੱਪੜੇ ਲਿਆਉਣੀ ਹੈ ਜਾ ਕੋਈ ਸੂਟ ਹੈਗਾ ਮਿੰਟਾਂ 'ਚ ਵਡਿਆਰੀ ਭਰਜਾਈ ਨੇ ਇਹੇ ਸੂਟ ਲਿਆਉਂਦੇ ਹੁੰਦੇ ਨੇ ਕੁੜੀਆਂ ਬੇਬੇ ਕੇ ਸੂਟਾਂ ਦੀਆਂ ਗੱਲਾਂ ਕਰੀ ਜਾਂਦੀਆਂ ਕੁਲਵਿੰਦਰਾ ਸੂਟ ਲਿਆਉਣਾ ਸੀ ਵੀਰਪਾਲ ਨੂੰ ਮਾਨਸਾ ਤੋਂ ਅੱਛਾ ਉਹ ਭਰਜਾਈ ਕੋਲੇ ਬਾਗੀ ਵੀਰਪਾਲ ਆ ਤੁਸੀਂ ਕਹਿੰਦੇ ਮੈਂ ਬਗ ਜਿਓ ਲੈ ਆਓ ਕਿੱਥੋਂ ਲਿਆਵਾਂ ਮੈਂ ਉਹ ਤਾਂ ਬਾਗੀ ਗੱਲਾਂ ਅੰਦਰ ਕਰੀ ਗਿਆ ਦੋਨੇ ਨਾਲ ਭਰਜਾਈ ਉਹਨੇ ਚੱਕ ਕੇ ਕੁਲਵਿੰਦਰ ਨੇ ਸੂਟ ਫੜਾਤਾ ਬੁਰਜਾਂ ਵਾਲਾ ਅੱਛਾ ਉਹਨੇ ਲਿਆ ਕੇ ਵੀਰਪਾਲ ਨੇ ਮੈਨੂੰ ਦਿਖਾਤਾ ਮੈਂ ਕਿਹਾ ਭਾਈ ਵੀਰਪਾਲ ਇਹ ਤਾਂ ਚੱਜ ਦਾ ਸੂਟ ਨਹੀਂ ਹੈਗਾ ਮੈਂ ਤੈਨੂੰ ਮੈਂ ਮਾਨਸਾ ਲੈ ਜਾਂਦੀ ਆਪਾਂ ਨਾਲੇ ਮੈਂ ਲਿਆਉਂਦੀ ਆਪਦਾ ਝੁੱਗਾ ਚੁੰਨੀ ਨਾਲੇ ਮੈਂ ਤੈਨੂੰ ਦਵਾ ਲਿਆਉਂਦੀ ਠੀਕ ਹੈ ਤੇ ਕਹਿੰਦੀ ਨਾ ਬੇਬੇ ਆਖੇ ਮੈਨੂੰ ਤਾਂ ਦੇਤਾ ਆਖੇ ਕੁਲਵਿੰਦਰ ਨੇ ਸੂਟ ਬੀਬੇ ਤੇਰੇ ਹਰੇ ਗੱਲ ਹੀ ਵੜਦੀ ਹੈ ਤਾਂ ਬਾਲੀ ਵੜਦੀ ਹੈ ਮੇਰੀ ਤਾਂ ਕੱਲ ਪੂਰ ਚੜ੍ਹਨ ਨਹੀਂ ਦਿੰਦੇ ਕੋਈ ਹਾਂ ਜਮੀ ਨਹੀਂ ਆਖੇ ਲੱਗਦੀ ਹੱਦ ਕਰਦੀ ਗੱਲ ਦੀ ਨਾ ਹੁਣ ਜਦੋਂ ਕੁੜੀ ਆਈ ਸੀ ਆਪਣਾ ਹੱਕ ਨਹੀਂ ਮੰਨਦਾ ਸੀ ਕੱਪੜੇ ਲਿਆਉਣ ਦਾ ਮਾਨਸਾ ਲਿਆਉਂਦਾ ਵੀਰਪਾਲ ਦੀ ਨਰਮ ਬਾਲੀ ਹੈ ਬਾਲੀ ਨਰਮ ਹੈ ਵੀਰਪਾਲ ਹਾਂ ਕਰੀ ਸਾਰਤਾ ਫਿਰ ਕਰੀ ਸਾਰਤਾ ਨਾਲੇ ਇੱਕ ਸੂਟ ਨੂੰ ਆਪ ਲਿਆਉਂਦੀ ਨਾਲ ਜਾ ਨਾਲੇ ਮੈਂ ਲਿਆਉਂਦੀ ਹੋਰ ਨਾਲੇ ਮੂਰੇ ਗਰਮੀ ਆਈ ਜਾਂਦੀ ਹੈ ਕੋਈ ਚੱਪਲ ਜਾਂਦੀ ਹੈ ਚੱਪਲ ਜੋੜਾ ਲਿਆਉਂਦੇ ਕੋਈ ਦੱਸੋ ਕਰਨਾ ਬੂ ਥੋੜਾ ਜਿਹਾ ਲੋਟ ਨਹੀਂ ਆਉਂਦੀ ਇਹ ਕਰਨਾ ਪਊ ਤਾਂ ਬਿੰਦਰਾ ਤੈਨੂੰ ਹਾਂ ਸਾਰੀਆਂ ਦਾ ਪਤਾ ਲੱਗ ਗਿਆ ਤੈਨੂੰ ਹੋਰ ਉਹੀ ਤਾਂ ਗੱਲ ਹੈ ਮੈਂ ਤੁਹਾਨੂੰ ਆਪ ਕਹਿ ਕੇ ਮਾਂ ਬੇਬੇ ਮਾਨਸਾ ਜਾਇਓ ਤੁਸੀਂ ਕੱਪੜੇ ਜਿਹੜੇ ਵਧੀਆ ਲਿਆਓ ਮੇਰੀ ਤਾਂ ਗੱਲ ਹੀ ਨਹੀਂ ਸੁਣੀ ਉਹ ਤਾਂ ਵੀਰਪਾਲ ਅੰਦਰ ਉੱਠ ਕੇ ਬਾਗੀ ਅੰਦਰੋਂ ਹੀ ਗੱਲ ਬਣੀ ਹੈ ਸਾਰੀ ਉਹ ਕੁੜੀ ਵੀ ਬੜੀ ਨਰਮ ਹੈ ਹਾਂ ਜੇ ਚੱਕ ਕੇ ਬੜਾ ਤਾਂ ਫਿੱਟ ਕਰ ਲਿਆ ਬਸ ਕਰ ਲਿਆ ਫਿੱਟ ਆਕੇ ਮੈਂ ਤਾਂ ਪਸੰਦ ਆ ਕੇ ਚੱਲ ਮਹਾਂ ਤੇਰੀ ਮਰਜ਼ੀ ਆ ਭਾਈ ਮੈਂ ਤਾਂ ਪਸੰਦ ਨਹੀਂ ਹੈਗਾ ਸੂਟ ਇਹ ਤੂੰ ਉਹਨੂੰ ਕਹਿ ਦਿੰਦੀ ਕਿ ਨਿਗਾਹ ਬੇਬੇ ਬਾਲੀ ਲੱਗਦੇ ਤੇ ਇਹਨਕੇ ਤੇ ਆਪਣੇ ਸੋੜੂਏ ਤੇ ਹੋਰ ਨਿਗਾਹ ਬਾਲੀ ਲੱਗਦੇ ਹੋਰ ਇਹ ਤਾਂ ਮੈਨੂੰ ਖਾਣੀ ਸਵਾਦ ਲੱਗਦਾ ਉਹ ਤਾਂ ਲੈਵੇਂ ਲੱਗਦੀ ਟਾਈਮ ਬਹੁਤ ਲੱਗਦਾ ਤੇ ਕੱਢਣ ਦੇ ਉਹ ਤਾਂ ਲੈਵੇਂ ਲੱਗਦੀ ਹੈਗੀ ਬਰੀਕੀ ਕੰਮ ਹੈ ਇਹ ਉਹ ਤਾਂ ਕੱਡਾ ਕੜਾ ਉੱਥੇ ਚਾਹੀਦਾ ਰਸੋਈ 'ਚ ਲਾਸਾ ਗੰਡਾ ਵੀ ਛਿੱਲਿਆ ਚਾਹੀਦਾ ਕੱਲੀ ਦਾਲ ਹੀ ਤੜਕਾ ਹੀ ਲਾਉਣੀ ਆਣਦੀ ਹੈ ਉਹ ਕਿੱਥੇ ਆਖੇ ਲੱਗਦੇ ਮੇਰੇ ਕਿਹੜਾ ਵੇਲਾ ਹੋ ਗਿਆ ਮੈਨੂੰ ਖੋਜਣ ਦੀ ਇਹੀ ਕਰੂ ਤੇਰੀ ਸੇਵਾ ਬੜਾਪੇ 'ਚ ਉਹ ਸੇਵਾ ਨਾ ਮੇਰੇ ਕਰਮਾਂ 'ਚ ਕਿਤੇ ਸੇਵਾ ਨਹੀਂ ਜਦੋਂ ਆਖੇ ਤਾਂ ਲੱਗਦੀ ਨਹੀਂ ਹੈਗੀ ਟਾਈਮ 'ਤੇ ਚਾਹ ਪਾਣੀ ਨਹੀਂ ਫੜਾਉਣਾ ਕੁਛ ਨਹੀਂ ਕਰਨਾ ਇੱਕ ਕੁੜੀ ਹੈਗੀ ਉਸ ਨੂੰ ਮੁਰ ਕੇ ਬਾਗਲਾ ਮਾਰ ਕੇ ਬਹਿ ਜਾਂਦੀ ਹੈ ਕਰੀ ਸਾਰੀ ਜਾਂਦੀ ਸੂਟਾਂ ਉਹੀ ਤਾਂ ਗੱਲ ਹੈ ਵੀ ਤੈਨੂੰ ਕੀ ਲੋੜ ਪੈਂਦੀ ਲੱਗ ਜਾਂਦਾ ਤੇ ਨਜ਼ਰ ਲੱਗ ਜਾਂਦਾ ਨਾ ਇੱਕ ਆਪਾਂ ਨੂੰ ਬਿੰਦਰਾ ਉਹਨੂੰ ਕੀ ਲੋੜ ਸੀਗੀ ਉਹੀ ਤਾਂ ਗੱਲ ਹੈ ਐ ਦੱਸ ਮੈਨੂੰ ਉਹ ਤਾਂ ਵੀ ਤੂੰ ਜਾਂਦੀ ਨਹੀਂ ਗੱਲ ਨਹੀਂ ਕਰਦੀ ਚੱਕ ਕੇ ਸੂਟ ਫੜਾਤਾ ਵਿਚਾਰੀ ਕੰਡਾ ਵੱਜ ਜਦੋਂ ਭੱਜੀ ਆਉਂਦੀ ਹੈ ਕੋਈ ਗੱਲਬਾਤ ਹੋਵੇ ਹਾਂ ਇਹ ਸੂਟਾਂ ਪਿੱਛੇ ਉਹ ਕਰਕੇ ਬਹਿ ਜਾਂਦੀ ਹੈ ਇੱਥੇ ਸਾਰਤਾ ਗੱਲਾਂ ਗੱਲਾਂ 'ਚ ਉਹ ਤਾਂ ਆਉਣੀ ਹੈ ਇਕੱਲਾ ਭਰਾ ਤੂੰ ਬਿੰਦਰਾ ਬਾਹਲੀ ਸਿਆਰ ਕਹਾਉਂਦੀ ਆਪਦੇ ਆਪ ਨੂੰ ਹਾਂ ਬੇਬੇ ਲੱਗ ਗਿਆ ਮੈਨੂੰ ਸ਼ਹਿਰੀ ਦਾ ਪਤਾ ਇਹਦਾ ਵੀ ਕਿਆ ਸ਼ਹਿਰੀ ਕਰਦੀ ਹੈ ਸੋਨੂੰ ਤਾਂ ਨਿਕਲ ਜੂਗਾ ਜਦੋਂ ਕੱਢਿਆ ਕੱਢ ਲੂ ਬੇਬੇ ਤਾਂ ਸੂਟ ਚੱਕ ਕੇ ਕਿਹੜਾ ਕੁੜੀ ਨੂੰ ਫੜਾਤਾ ਤਾਂ
ਪਤਾ ਵੀ ਉਹ ਬੁਰਜਾਲਿਆਂ ਨੇ ਦਿੱਤਾ ਸੀ ਕਿਹੜਾ ਸੂਟ, ਉਹ ਦਿੱਤਾ ਮੈਂ ਉਹਨੂੰ ਦਿਖਾਉਂਦੀ ਸੀ ਮਾਤਾ ਭੈਣ ਨੂੰ, ਮੈਂ ਮੈਨੂੰ ਉਹਨਾਂ ਨੇ ਦਿੱਤਾ ਬੁਰਜਾਲਿਆਂ ਦਾ ਸੂਟ। ਫਿਰ ਅਸੀਂ ਮਾਨਸਾ ਤੋਂ ਆਪ ਹੀ ਲਿਆਉਂਦੇ, ਅਸੀਂ ਲਿਆਉਣ ਨਹੀਂ ਜਾਣਦੇ ਸੀਗੇ, ਚਾਹੇ ਮੁੰਡਾ ਦਵਾ ਲਿਆਉਂਦਾ ਚਾਹੇ ਮੈਂ ਦਵਾ ਲਿਆਉਂਦੀ, ਜਦੋਂ ਮੁੰਡੇ ਨੇ ਮੇਰੀ ਡਿਊਟੀ ਲਾਤੀ ਸੀ ਮੈਂ ਆਪ ਹੀ ਜਾਂਦੀ ਕੁੜੀ ਨੂੰ ਲੈ ਕੇ। ਉਹ ਮੈਂ ਕਿਹੜਾ ਰੋਕਦੀ ਹਾਂ ਵੀ ਤੁਸੀਂ ਲੈ ਆਇਓ, ਹੋਰ ਲੈ ਆਇਓ, ਉਹ ਤਾਂ ਭੈਣ ਕਹਿੰਦੀ ਸੋਹਣਾ ਵਾਲਾ ਲੱਗਦਾ, ਕਹਿੰਦੀ ਮੈਨੂੰ ਰੰਗ ਵਾਲਾ ਪਸੰਦ ਆ, ਮੈਂ ਤਾਂ ਉਹ ਕਹਿੰਦਾ ਵੀ ਚੱਲ ਤੂੰ ਪਾ ਲਾ ਭੈਣੇ, ਇੱਕੋ ਜਿਹਾ ਤੈ ਸਮੈਲ ਹੈ ਕਿ ਮੈਂ ਸਮੈਲ ਹੈ, ਕਾਹਨੂੰ ਲੱਗਦਾ ਸੋਹਣਾ, ਕਾਹਨੂੰ ਲੱਗਦਾ ਸੋਹਣਾ, ਚੱਕ ਕੇ ਅੰਦਰੋਂ ਫੜਾਤਾ, ਪ੍ਰਧਾਨ ਬਣਦੀ ਹੈ ਵਿਦਰਾ, ਇਹ ਪ੍ਰਧਾਨ ਬਣਦੀ ਹੈ ਅੱਜ ਹੀ। ਹਾਂ ਜਿਸ ਤਾਂ ਮੇਰੀ ਹਰੇਕ ਗੱਲ ਹੀ ਪੁੱਠੀ ਲੈ ਕੇ ਜਾਂਦੇ ਹੋਗੇ, ਕਿੰਨੀ ਮੈਂ ਤਾਂ ਸਿੱਧੀ ਕਰਨਾ, ਤੈਨੂੰ ਤਾਂ ਪੁੱਠੀ ਲੱਗਣੀ ਹੈ। ਹਾਂ ਕੀ ਹੋ ਗਿਆ? ਕੁਛ ਨਹੀਂ ਹੋਇਆ ਵੀਰ, ਪਰ ਤੁਹਾਨੂੰ ਗੱਲਾਂ ਕਰਦੇ ਭਾਈ ਸੋਕ ਕੇ। ਅੱਛਾ ਚੱਲ ਠੀਕ ਹੈ ਬੇਬੇ, ਮੈਂ ਤਾਂ ਜਾਣੀ ਹੈ। ਤੂੰ ਰਹਿ ਜਾਗਾ? ਨਾ ਜਾਣੀ ਹੈ, ਫਿਰ ਕਰੀ ਸਰਦਾ ਨਹੀਂ ਹੈਗਾ। ਚੱਲ ਫਿਰ ਤੈਨੂੰ ਚੜਾ ਕੇ ਆਵਾਂ, ਤੂੰ ਵੀ ਨਹੀਂ। ਚੱਲ ਠੀਕ ਹੈ ਬਾਈ। ਹਾਂ ਮੈਂ ਚੜਾਇਆ ਨਹੀਂ। ਹਾਂ ਚੱਲ ਠੀਕ ਹੈ ਬਾਈ, ਚੰਗਾ ਭਾਈ, ਚੱਲ ਚੱਲ ਮੈਂ ਉੱਥੇ ਛੱਡ ਕੇ ਆਵਾਂ ਤੈਨੂੰ। ਅੱਛਾ ਕੁਲਵਿੰਦਰ ਕਿੱਥੇ ਹੈ? ਇੱਕ ਮੈਨੂੰ ਨਹੀਂ ਪਤਾ ਕੁਲਵਿੰਦਰ ਦਾ। ਚੰਗਾ ਭਾਬੀ ਜਾਣੀ ਵੀ ਭਲ? ਹਾਂ ਜਾਣੀ ਆ, ਮਾਰ ਲਿਓ ਗੇੜਾ ਕਿਤੇ ਆ ਜਿਓ। ਕੋਈ ਨਾ ਕੋਈ ਮਿਲਿਆ ਭਰਜਾਈ ਨੂੰ? ਹਾਂ ਮਿਲਿਆ ਜੀ। ਦੇਖ ਲੈ ਦੇਖ ਲਿਆ ਗੱਲਾਂ? ਮੈਨੂੰ ਤਾਂ ਬੇਬੇ ਕੋਈ ਸਮਝ ਜੀ ਨਹੀਂ ਲੱਗਦੀ। ਕਿਉਂ ਸਮਝ ਨੂੰ ਕਿਉਂ ਨਹੀਂ ਲੱਗਦੀ? ਹਾਏ ਮੈਨੂੰ ਪੁੱਛਦੀ ਹਾਂ ਵੀ ਕਿਵੇਂ ਬੈਠਾ ਚੁੱਪ ਕਰਕੇ, ਮੈਂ ਕਿੱਡਾ ਕਲਿਆਣਾ ਬਣਾ ਆਪਣਾ, ਇਕੱਲਾ ਭਾਈ ਹਾਂ ਮੈਂ, ਇੱਕ ਬੇਬੇ ਆ ਕੁੜੀ, ਕਦੇ ਨਾ ਕਦੇ ਆਉਂਦੀ ਉਹਦੇ ਸਿਆਪਾ ਪਾ ਕੇ ਬਹਿ ਜਾਂਦੇ, ਤੂੰ ਚੰਗਾ ਕੰਮ ਤੇਰਾ ਇਹ, ਮੇਰਾ ਦਿਮਾਗ ਖਰਾਬ ਕਰਕੇ ਰੱਖਦਾ ਤੈਂ, ਦਿਮਾਗ ਨਹੀਂ ਖਰਾਬ ਕਰਕੇ ਰੱਖਦਾ, ਬਹੁਤ ਮਨ ਦੁਖੀ ਆ ਮੇਰਾ, ਬਹੁਤ ਮਨ ਦੁਖੀ ਕਰ ਰੱਖਿਆ ਤੇ ਮੇਰਾ, ਬਹੁਤ ਮਨ ਦੁਖੀ ਬੀਬੀ ਪਾ ਗਿਆ ਪਲਾ ਜਾ ਬੀਬੀ ਪਲ ਚੜਾਈ ਚੜਾ ਕੇ ਨੀ ਬਿੰਦਰ ਮੈਂ ਛੱਡਿਆ ਜੀ। ਬਸ ਦਾ ਕੀ ਬਣਾ ਫਿਰ? ਬਸ ਕਹਿੰਦੇ ਨੇ ਆਊਗੀ ਹਲੇ। ਚੱਲ ਫਿਰ ਤਾਂ ਚੜ ਜੂ। ਤੇ ਤੂੰ ਕਿਵੇਂ ਖੜ ਗਿਆ ਉਰੇ ਆ ਕੇ? ਬਾਬੇ ਮਨ ਜਾ ਦੁਖੀ ਹੋ ਰਿਹਾ ਬੜਾ ਜ਼ਿਆਦਾ। ਕਿਉਂ ਕੀ ਗੱਲ ਹੋ ਗਈ? ਬਸ ਟੈਨਸ਼ਨ ਜੀ ਹੋਈ ਦਿਮਾਗ ਨਾ। ਆ ਜਾ ਪਾਣੀ ਤਾਣੀ ਪੀ ਲੈ, ਟੈਨਸ਼ਨ ਕਾਹਦੀ ਹੋ ਗਈ ਤੈਨੂੰ? ਆ ਜਾ ਚੱਲ, ਕੋਣੀ ਆਉਣਾ ਮੈਂ? ਆ ਜਾ ਹੁਣੀ ਆ ਜਾ, ਪਾਣੀ ਕਾਹਦੀ ਟੈਨਸ਼ਨ ਹੋ ਗਈ, ਲੈ ਆ ਜਾ ਬਿੰਦਰਾ ਪਾਣੀ ਤਾਣੀ ਪੀ ਲੈ। ਪੀਣਾ ਬੇਬੇ ਪਾਣੀ। ਬਹਿ ਜਾ ਬੇ, ਬੈਠ ਤੂੰ, ਮੈਂ ਫੇਰ ਕੀ ਹੋ ਗਿਆ? ਫੇਰ ਪੀਉ। ਕੁਲਵਿੰਦਰ ਕਿੱਥੇ ਆ ਗਈ? ਕੁਲਵਿੰਦਰ ਫਿਰ ਸੋਈ 'ਚ ਹੋਊਗੀ, ਮੈਂ ਤਾਂ ਦੇਖੀ ਵੀ ਨਹੀਂ। ਨਾ ਤੂੰ ਇਹ ਲੱਛਣ ਕੀ ਕਰਦੀ ਕਦੇ ਮੇਰੀ ਕੋਈ ਗੱਲ ਹੋ ਮੂਰੇ ਆਪਦੀ ਗੱਲ ਹੋਊਗੀ, ਚੁੱਪ ਕਰਕੇ ਬਹਿ ਜਾ। ਕਾਹਨੂੰ ਹੜਦੀ ਆ ਬੇਬੇ? ਇਹ ਬਾਲੀ ਚਬੜਾ ਲਈ ਤੈ, ਤੈ ਚਬੜਾਈ ਆ ਬਾਲੀ। ਉਹ ਬੇਬੇ ਮੈਂ ਤਾਂ ਤੇਰਾ ਯਕੀਨ ਨਹੀਂ ਕਰਿਆ ਪਹਿਲਾਂ। ਹਾਂ ਤੈ ਨਾ ਚਬੜਾਈ ਹੈਗੀ ਹੁਣ, ਲੋ ਚੰਗਾ ਤੂੰ ਦੋ ਚਾਰ ਵਾਰੀ ਖੜਕਾ ਫਿਰ ਹੋਰ ਕੀ ਕਰਾਂ ਮੈਂ ਹੁਣ, ਮੈਂ ਦੱਸ ਹੋਰ ਕੀ ਕਰਾਂ ਫਿਰ, ਮੈਨੂੰ ਤਾਂ ਹਟਾਉਣੀ ਪਊਗਾ, ਬਸ ਨਾ ਟੱਪਦੀ ਹੋਵੇ ਇਹਦੀ। ਹਾਂ ਹੋਰ ਬਾਈ, ਬਸ ਲੰਘ ਗਈ ਲੈ ਉਹ ਨਾ, ਕੋਈ ਨਾ ਮੈਂ ਤਾਂ ਪਹਿਲੀ ਆਖਿਆ ਤੇ ਵੀ ਨਾ ਜਾ, ਮੈਂ ਜਾਣੀ ਆ ਭੈਣੇ ਪਿੰਡ ਨੂੰ, ਤੈਨੂੰ ਤਾਂ ਇਹਨਾਂ ਨੇ ਬਾਹਰ ਨਹੀਂ ਟੱਪਣ ਦਿੱਤਾ, ਮੈਂ ਤਾਂ ਇਹ ਹੁਣ ਗਈਆਂ ਜੰਗੇ ਬੜਿਆਂ ਛੱਡ ਕੇ ਸਾਨੂੰ, ਮੈਂ ਤਾਂ ਕੁੱਟ ਕਟਾਪਾ ਬਹੁਤ ਕਰਿਆ, ਮਾਂ ਪੁੱਤ ਦੋਨੇ ਲੱਗ ਗਏ। ਅੱਛਾ ਜੀ। ਹਾਂ ਚੱਲ ਫਿਰ ਤੂੰ ਬੈਠਾ ਕੇ ਬਹਿ ਕੇ ਗੱਲ ਕਰਦੇ। ਨਹੀਂ ਭੈਣੇ ਆ ਜਾ, ਬੈਠ ਨਹੀਂ ਹੈਗੀ, ਕੋਈ ਗੱਲ ਨਹੀਂ ਕਰਨੀ, ਇਹਨਾਂ ਕੋਈ ਫਾਇਦਾ ਨਹੀਂ ਗੱਲ ਕਰਨ ਦਾ, ਬਹਿ ਜਾ। ਨਹੀਂ ਇਹ ਤਾਂ ਇਸੇ ਲੋਟੀ ਚੱਲਣਗੇ, ਇਹ ਤਾਂ ਹਰੇ ਗੱਲ ਪੁੱਠੀ ਲੈ ਕੇ ਜਾਂਦੇ ਨੇ ਮੇਰੇ। ਕੀ ਗੱਲ ਹੋ ਗਈ ਬੇਬੇ? ਮੈਂ ਦੱਸ ਦੇ ਤੈਨੂੰ ਗੱਲ ਵੀਰ ਭਰ। ਹਾਂ ਚੱਕ ਕੇ ਸੂਟ ਘਰੋਂ ਫੜਾਤਾ, ਮੇਰਾ ਤਾਂ ਮੱਚ ਗਿਆ ਕਾਲਜਾ। ਫਿਰ ਸੂਟ ਦੀ ਰੌਲਾ, ਸੂਟ ਦੀ ਕਿੱਡੀ ਕੁ ਗੱਲ ਹੈ? ਗੱਲ ਕਿਉਂ ਨਹੀਂ ਬਥੇਰੀ ਵੱਡੀ, ਇਹਨੇ ਦਿੱਤਾ ਲੈ ਕੇ ਮੈਂ ਗਈ ਹਾਂ,
ਸੋਨੂੰ ਕੀ ਦੁੱਖ ਹੈ? ਦੁੱਖ ਹੋਵੇ ਨਾ ਮੈਨੂੰ, ਕਿਉਂ ਤੈਨੂੰ ਗੱਲ ਦਿਲ ਤੇ ਲਾ ਗਈ ਘਰੋਂ ਮਾਂ ਮੇਰੀ ਧੀ ਤਾਂ ਘਰੋਂ ਮੋੜਤੀ ਮਾਂ ਦਾ ਲੈ ਕੇ ਜਾਣੀ ਸੀ ਮੈਂ ਤਾਂ। ਚੱਲ ਕੋਈ ਨਾ, ਇਹਨੇ ਵੀ ਫਿਰ ਮਾਣ ਨਾਲ ਹੀ ਦਿੱਤਾ ਹੈ, ਤੁਸੀਂ ਇਹਨੂੰ ਆਪਦੀ ਮੰਨਦੀ ਨਹੀਂ ਹੈਗੇ ਅਸਲ 'ਚ। ਜੇ ਤੁਸੀਂ ਇਹਨੂੰ ਆਪਦਾ ਬਣਾਇਆ ਹੁੰਦਾ, ਇਹਨੇ ਸੂਟ ਦਿੱਤਾ ਹੁੰਦਾ, ਫਿਰ ਤਾਂ ਤੁਸੀਂ ਕਹਿੰਦੇ ਵੀ ਹਾਂ ਵੀ ਵਧੀਆ ਕੀਤਾ, ਚੱਲ ਘਰੋਂ ਨੰਗਾ ਲੈ ਗਿਆ, ਵੀ ਮਾਨਸਾ ਜਾਣ ਦੀ ਲੋੜ ਨਹੀਂ ਪਈ, ਤੁਸੀਂ ਇਹਨੂੰ ਆਪਦਾ ਮੰਨਦੀ ਨਹੀਂ। ਬੇਬੇ ਤੂੰ ਐਂ ਸੋਚ, ਜੇ ਸੰਦੀਪ ਮੇਰੇ ਨਾਲ ਕੁੱਟਮਾਰ ਕਰੇ ਫਿਰ ਤੁਸੀਂ ਜਰ ਲਓਗੇ? ਐਂ ਕਿਵੇਂ, ਚੱਲ ਅੱਜ ਤਾਂ ਜਮਾਂ ਨੇ ਕੁੱਟਣਾ ਮਾਰਨੀ ਤੇ ਫਿਰ ਹੁਣ ਤੁਹਾਨੂੰ ਆਪਦੀ ਧੀ ਬਾਰੇ ਤਾਂ ਤੁਹਾਨੂੰ ਦੁੱਖ ਲੱਗਿਆ, ਉਹ ਵੀ ਕਿਸੇ ਦੀ ਧੀ ਹੈ, ਜੇ ਉਹਦਾ ਮਾਂ ਪਿਓ ਦੇ ਵੀ ਦਿਲ ਤੇ ਐਂ ਬੀਤਦੀ ਹੋਊਗੀ ਜਿਵੇਂ ਤੁਹਾਡੇ ਦਿਲ ਤੇ ਬੀਤਦੀ ਆ, ਹੁਣ ਤੁਹਾਨੂੰ ਦੁੱਖ ਪਹੁੰਚਿਆ, ਉਹਨਾਂ ਨੂੰ ਵੀ ਠੇਸ ਪਹੁੰਚੂਗੀ। ਬਿੰਦਰ ਇਹ ਗੱਲ ਤਾਂ ਆਪਾਂ ਸੋਚੀ ਨਹੀਂ ਹੈਗੀ। ਹੋਰ ਬੇਬੇ ਆਪਾਂ ਦਿਮਾਗ 'ਚ ਗੱਲ ਕਿੱਧਰ ਲਈ ਬੰਦੇ ਦੇ ਕਹਾਣੀਆਂ, ਇਹ ਗੱਲ ਆਪਾਂ ਦਿਮਾਗ 'ਚ ਨਹੀਂ ਆਈ ਆਪਣੇ। ਹੋਰ ਬੇਬੇ ਮੈਂ ਤਾਂ ਹੁਣ ਆਪਦੇ ਸਹੁਰੇ ਘਰ ਵੱਗ ਗਈ, ਤੂੰ ਆਪਦੀ ਇਹਨੂੰ ਨੂੰਹ ਨੂੰ ਆਪਦੀ ਧੀ ਬਣਾ ਕੇ ਰੱਖ। ਹੋਰ ਵੀ ਪਾਲੇ ਮਾੜੀ ਮੋਟੀ ਗੱਲ ਬੇਬੇ ਮੈਨੂੰ ਕਹਿੰਦੀ, ਮੈਨੂੰ ਗੁੱਸਾ ਆ ਜਾਂਦਾ ਸੀਗਾ। ਹੋਰ ਮਾੜੀਆਂ ਮਾੜੀਆਂ ਗੱਲਾਂ ਪਿੱਛੇ ਨਾ ਲੜਿਆ ਕਰੋ, ਬੋਲਿਆ ਕਰੋ, ਚੱਲ ਇੱਕ ਟਾਈਮ ਗਲਤੀ ਵੀ ਹੋ ਜਾਂਦੀ, ਮਾੜੀ ਮੋਟੀ ਏਡੀ ਕਿੱਡੀ ਕੁ ਗੱਲ ਹੁੰਦੀ ਆ, ਆਪ ਕਰ ਲਿਓ ਹੈ ਜਾ। ਮਾੜੀਆਂ ਮਾੜੀਆਂ ਗੱਲਾਂ ਪਿੱਛੇ ਕਿਉਂ ਲੜਦੀਆਂ ਹੁੰਦੀਆਂ? ਚੱਲ ਵੀ ਪਾਲ ਹੁਣ ਧੀ ਬਣਾ ਲੂ ਮੈਂ, ਵੀ ਪਾਲ ਅਸੀਂ ਹੁਣ ਮਾਮਾ ਧੀਆਂ ਬਣ ਕੇ ਰਹਾਂਗੇ। ਮਾਮਾ ਧੀਆਂ ਬਣ ਕੇ ਰਹਿਣਾ ਚਾਹੀਦਾ ਬੇਬੇ, ਚਲੋ ਖੜੇ ਹੋ ਤੇ ਮਿਲੋ। ਆ ਬੀਰਪਾਲ ਭੈਣ ਨੇ ਤਾਂ ਮੇਰਾ ਘਰ ਵਸਦਾ ਰੱਖਤਾ, ਮਾਂ ਕਹੋਤਾ ਸਾਡਾ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰਾਮ ਨਾਮ ਖੁਦਾ ਹਾਫਿਜ਼। ਤੁਸੀਂ ਜੁੜੋ ਜੀ ਪੇਂਡੂ ਲੋਕ ਪੀ ਵੀ ਇਕੱਤੀ ਦੇ ਨਾਲ, ਲਾਇਕ ਅਤੇ ਸ਼ੇਅਰ, ਕਮੈਂਟ ਕਰਨਾ ਜੀ, ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ ਜੀ। ਆਪਦੇ ਕਮੈਂਟਾਂ ਦੇ ਵਿੱਚ ਆਪਦੇ ਪਿੰਡ ਦਾ ਨਾਮ ਜੀ ਅਤੇ ਆਪਦਾ ਨਾਮ ਦੱਸਿਆ ਕਰੋ ਜੀ ਪੂਰੀ ਤਰ੍ਹਾਂ ਜੀ। ਹੁਣ ਆਈ ਕਮੈਂਟਾਂ ਦੀ ਵਾਰੀ ਜੀ। ਹਾਂਜੀ, ਕਿਰਨਦੀਪ ਕੌਰ, ਸੁਖਪ੍ਰੀਤ ਕੌਰ, ਸਾਨੀ, ਰਮਨੀਤ ਗਿੱਲ, ਹਰਪ੍ਰੀਤ ਸਿੰਘ, ਜਸਦੀਪ ਸਿੱਧੂ, ਜਗਰਾਜ ਸਿੰਘ, ਰਵਿੰਦਰ ਕੌਰ ਜੀ। ਹਾਂਜੀ, ਜਿਨ੍ਹਾਂ ਵੀਰਾਂ ਭੈਣਾਂ ਨੇ ਸਾਨੂੰ ਕਮੈਂਟ ਕੀਤੇ ਨੇ ਉਹਨਾਂ ਦਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।